जी प्यार भरी सत श्री अकाल जी सारयां नूं। तां अज्ज अपनी इह वीडियो है जी PSTET 2021 दा रिजल्ट, जिसका काफ़ी लंबे समय तो आपां इंतजार कर रहे सर, वो आ गया है। तो जेकर तुसीं देख लिया है तो ठीक है, नहीं तो तुहानूं वैबसाइट का डिस्क्रिप्शन विच लिंक दे दिंदे आ नीचे, उस ते तुसीं देख सकते हो वैबसाइट पर जाके। अगर किसी नूं रिजल्ट डाउनलोड करन विच दिक्कत आ रही है तो वो साडे इंस्टाग्राम ID जां इस ते नीचे वीडियो दे विच कमेंट कर सकते हैं कि उन्हां नूं रिजल्ट डाउनलोड करके दे दिता जाएगा। अपना रोल नंबर और ID जो है सेंड कर दिओ, तां रिजल्ट तुहाडा डाउनलोड करके इंस्टाग्राम राही भेज दिता जाएगा जी। तो इंस्टाग्राम ID जो है पंजाब जॉब्स ओनली, इस ते तुसीं मैसेज कर सकते हो रिजल्ट डाउनलोड करने संबंधी। तो हुण आपां गल करदे आं, जिन्हां दा क्लीयर होगा उन्हां लई तां बहुत गुड न्यूज़ है जी, तुहानूं कॉन्ग्रेचुलेशनस। क्योंकि PSTET 1 क्लीयर होया तां ETT दीआं पोस्टां आउणीआं हन, उहदे विच तुसीं ETT पेपर दे के ETT ਦਾ ਟੀਚਰ ਬਣ ਸਕਦੇ ਹੋ। ਅਗਰ PSTET 2 ਕਲੀਅਰ ਹੋਇਆ ਤਾਂ ਆਪਣੇ ਮਾਸਟਰ ਕੈਡਰ ਵਿੱਚ ਜੋ ਵੀ ਤੁਹਾਡਾ ਕੈਡਰ ਹੈ ਜਿਸ ਸਬਜੈਕਟ ਦਾ, ਉਹ ਦੇ ਕੇ ਤੁਸੀਂ ਆਪਣਾ ਮਾਸਟਰ ਕੈਡਰ ਵਿੱਚ ਜਾ ਸਕਦੇ ਹੋ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ, ਜਿਨ੍ਹਾਂ ਦਾ PSTET 2021 ਨਹੀਂ ਹੋਇਆ ਉਹਨਾਂ ਲਈ ਕੀ ਅੱਗੇ ਕਰਨਗੇ ਆਪਣੀ ਲਾਈਫ ਵਿੱਚ, ਕਿਉਂਕਿ PSTET 2022 ਕਦੋਂ ਆਉਣ ਵਾਲਾ ਹੈ ਜਾਂ ਹੋਰ ਫਿਰ ਕੀ ਕਰਨ, ਉਹਦੇ ਬਾਰੇ ਆਪਣੀ ਇਹ ਮੇਨ ਵੀਡੀਓ ਹੈ। ਜਿਨ੍ਹਾਂ ਦਾ ਕਲੀਅਰ ਨਹੀਂ ਹੋਇਆ, ਜਿਨ੍ਹਾਂ ਜੋ ਇਸ ਵਾਰ ਫੇਲ ਹੋ ਗਏ ਹਨ, ਤਾਂ ਅੱਗੇ ਕੀ ਕਿਸ ਤਰ੍ਹਾਂ ਤਿਆਰੀ ਕਰਨ ਕਿ ਉਹ ਅਗਲੇ ਅਟੈਂਪਟ ਵਿੱਚ ਕਲੀਅਰ ਕਰ ਲੈਣ, ਜਾਂ ਫਿਰ ਪਹਿਲੀ ਵਾਰ ਜੋ ਦੇਣ ਜਾ ਰਹੇ ਹਨ ਉਹ ਕਿਸ ਤਰ੍ਹਾਂ ਤਿਆਰੀ ਕਰਨ ਕਿ ਉਹ ਪਹਿਲੀ ਵਾਰ ਵਿੱਚ ਹੀ ਕਲੀਅਰ ਕਰ ਲੈਣ। ਤਾਂ ਇਹ 4-5 ਪੁਆਇੰਟ ਹਨ ਜੋ ਤੁਹਾਨੂੰ ਵਧੀਆ PSTET ਫਸਟ ਅਟੈਂਪਟ ਵਿੱਚ ਹੀ, ਜਾਂ ਤੁਸੀਂ ਹੁਣ ਜਿਹੜਾ ਤੁਹਾਡਾ ਅੱਗੇ ਅਟੈਂਪਟ ਹੋਵੇਗਾ ਉਹ ਕਲੀਅਰ ਕਰ ਦੇਵੋਗੇ। ਕੋਈ ਜ਼ਿਆਦਾ ਹਾਰਡ ਗੱਲ ਨਹੀਂ PSTET ਕਲੀਅਰ ਕਰਨਾ। ਅਗਰ ਤੁਸੀਂ PSTET ਕਲੀਅਰ ਨਹੀਂ ਕਰ ਸਕਦੇ ਤਾਂ ਫਿਰ ਸੈਕਿੰਡ ਐਗਜ਼ਾਮ ਕਿਵੇਂ ਕਲੀਅਰ ਕਰੋਗੇ ਜੀ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਪੁਆਇੰਟਾਂ ਬਾਰੇ। ਹਾਂਜੀ, ਤੁਹਾਡੇ ਲਈ ਇੱਕ ਤਾਂ ਪੁਆਇੰਟ ਇਹ ਹੈ ਕਿ ਜੋ ਪੰਜਾਬ 'ਚ ਵੈਕੈਂਸੀ ਆਉਣ ਵਾਲੀਆਂ ਹਨ, ਜਾਂ ਤਾਂ ਤੁਸੀਂ ਉਹ ਜੋਬਸ ਪਹਿਲਾਂ ਲੈ ਲਓ, ਜਾਂ ਫਿਰ ਅਗਰ ਤੁਸੀਂ ਟੀਚਿੰਗ ਲਾਈਨ ਹੀ ਚੁਣਿਆ ਹੈ ਤਾਂ ਫਿਰ ਤੁਸੀਂ ਇਸ PSTET ਹੀ ਕਲੀਅਰ ਕਰਨਾ ਹੈ, ਫਿਰ ਤੁਸੀਂ ਟੀਚਰ ਬਣ ਸਕਦੇ ਹੋ। ਤਾਂ ਇਸ ਲਈ ਫਿਰ ਤੁਸੀਂ PSTET ਦੀ ਤਿਆਰੀ ਵੱਲ ਧਿਆਨ ਰੱਖੋ, ਨਹੀਂ ਤਾਂ ਤੁਸੀਂ ਕਿਸੇ ਹੋਰ ਜੋਬ ਕੋਈ ਲੈਣੀ ਚਾਹੁੰਦੇ ਹੋ ਪਹਿਲਾਂ, ਤਾਂ ਜੋ ਹੁਣ 25,000 ਜੋਬਸ ਓਪਨ ਹੋਣ ਵਾਲੀਆਂ ਨੇ ਉਹਨਾਂ ਵਿੱਚ ਇੱਕ ਵਾਰ ਜ਼ਰੂਰ ਲੈ ਲਓ, ਉਸ ਤੋਂ ਬਾਅਦ ਟੀਚਰ ਬਣਨ ਦਾ ਸੁਪਨਾ ਪੂਰਾ ਕਰ ਲਓ। ਤਾਂ ਜੋ ਤੁਹਾਡੀਆਂ ਗਲਤੀਆਂ ਹਨ ਉਹ ਇਸ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ। ਪਹਿਲਾ ਪੁਆਇੰਟ ਹੈ ਟਾਈਮ। ਤਾਂ ਤੁਸੀਂ ਪਹਿਲਾਂ ਇਹ ਧਿਆਨ ਰੱਖੋ ਕਿ PSTET ਤੁਸੀਂ 2021 ਵਿੱਚ ਅਗਰ ਫੇਲ ਹੋਏ ਹੋ ਤਾਂ ਤੁਸੀਂ ਕਿੰਨੇ ਟਾਈਮ 'ਚ ਤਿਆਰੀ ਕੀਤੀ ਹੈ। ਅਗਰ ਘੱਟ ਟਾਈਮ 'ਚ ਤਿਆਰੀ ਕੀਤੀ ਹੈ ਤਾਂ ਫਿਰ ਤੁਸੀਂ ਇਸ ਵਾਰ ਜੋ ਹੈ ਥੋੜ੍ਹਾ ਪਹਿਲਾਂ ਤਿਆਰੀ ਕਰ ਲਓ, ਕਿਉਂਕਿ ਹੁਣ ਜੋ PSTET 2022 ਹੋਵੇਗਾ ਉਹ ਜੁਲਾਈ ਤੋਂ ਬਾਅਦ ਹੀ ਹੋਵੇਗਾ ਜੀ। ਜੁਲਾਈ ਅਗਸਤ ਵਿੱਚ ਆਉਣ ਦੇ ਚਾਂਸਿਸ ਹਨ, ਜੁਲਾਈ ਜੂਨ ਜੁਲਾਈ ਵਿੱਚ ਫੋਰਮ ਆਉਣ ਦੇ ਚਾਂਸਿਸ ਹਨ। ਅਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਸਿਲੇਬਸ। ਤਾਂ ਸਿਲੇਬਸ ਤੁਸੀਂ ਕਿਸ ਤਰ੍ਹਾਂ ਅੱਗੇ ਤਿਆਰ ਕੀਤਾ ਹੈ ਉਹ ਮੈਨੂੰ ਨਹੀਂ ਪਤਾ, ਤੁਸੀਂ ਦੱਸੋ ਜੀ ਕਿਸ ਤਰ੍ਹਾਂ ਤੁਸੀਂ ਸਿਲੇਬਸ ਨੂੰ ਤਿਆਰ ਕੀਤਾ। ਕੀ ਤੁਸੀਂ ਪੂਰਾ ਸਿਲੇਬਸ ਪੜ੍ਹਿਆ ਸੀ, ਕਿਸ ਤਰ੍ਹਾਂ ਦੇ ਕੁਸ਼ਚਨ ਆਉਣਗੇ ਤੁਹਾਨੂੰ ਪਤਾ ਸੀ? ਅਗਰ ਨਹੀਂ ਪਤਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ। ਅਗਰ ਤੁਸੀਂ ਕਿਸੇ ਇੰਸਟੀਟਿਊਟ ਤੋਂ ਤਿਆਰੀ ਕੀਤੀ ਸੀ ਤਾਂ ਕੀ ਉਹਨਾਂ ਨੇ ਤੁਹਾਨੂੰ ਪੂਰਾ ਸਿਲੇਬਸ ਤਿਆਰ ਕਰਵਾਇਆ ਸੀ, ਜਾਂ ਫਿਰ ਐਵੇਂ ਹੀ ਟਾਈਮ ਪਾਸ ਹੀ ਕਰਵਾਇਆ ਸੀ? ਕਿਉਂਕਿ ਕਈ ਇੰਸਟੀਟਿਊਟ ਵਾਲੇ ਕੀ ਕਰਦੇ ਹਨ ਕਿ ਉਹ PSTET ਔਰ ਅਦਰ ਜੋ ਕੰਪੀਟੀਟਿਵ ਐਗਜ਼ਾਮ ਹਨ ਪੰਜਾਬ ਦੇ, ਉਹਨਾਂ ਦਾ ਇੱਕ ਹੀ ਬੈਚ ਬਣਾਉਂਦੇ ਹਨ, ਅਤੇ ਜਿਹਦੇ ਵਿੱਚ ਕੀ ਹੁੰਦਾ ਕਿ ਜੋ ਦੂਸਰਾ ਚੀਜ਼ਾਂ ਹੁੰਦੀਆਂ ਹਨ ਜੋ PSTET ਵਿੱਚ ਨਹੀਂ ਆਉਂਦੀਆਂ ਹਨ, ਜੋ GK ਜਾਂ ਕੋਈ ਵੀ ਟੋਪਿਕਸ ਹਨ ਉਹ ਤੁਹਾਨੂੰ ਕਰਵਾਉਂਦੇ ਹਨ, ਜਿਸ ਨਾਲ ਤੁਹਾਡਾ PSTET ਦਾ ਸਿਲੇਬਸ ਜੋ ਹੈ ਉਹ ਕਵਰ ਨਹੀਂ ਹੁੰਦਾ ਅਤੇ ਤੁਸੀਂ ਬੇਫਾਲਤੂ ਦੀ ਚੀਜ਼ਾਂ ਕਰਦੇ ਹੋ। ਅਤੇ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ। ਇਹ ਸਟਾਰਟਿੰਗ 'ਚ ਮੇਰੇ ਨਾਲ ਵੀ ਹੋਇਆ ਸੀ ਜਦੋਂ ਮੈਂ SSC ਔਰ ਬੈਂਕਿੰਗ ਦੀ ਤਿਆਰੀ ਕਰ ਰਿਹਾ ਸੀ। ਤਾਂ ਮੈਂ ਤਿਆਰੀ ਕਰਨੀ ਸੀ SSC ਦੀ, ਸਟਾਰਟਿੰਗ 'ਚ ਮੈਨੂੰ ਵੀ ਜ਼ਿਆਦਾ ਨੌਲੇਜ ਨਹੀਂ ਸੀ, ਤਾਂ ਮੈਂ ਇੱਕ ਅਕੈਡਮੀ ਵਿੱਚ ਗਿਆ ਤਾਂ ਉਹਨਾਂ ਨੇ ਜ਼ਿਆਦਾਤਰ ਬੈਂਕਿੰਗ ਦੀ ਤਿਆਰੀ ਕਰਵਾ ਦਿੱਤੀ। ਤਾਂ ਬਾਅਦ ਵਿੱਚ ਜਿਸ ਤਰ੍ਹਾਂ ਉਦੋਂ ਮੋਬਾਈਲ ਵੀ ਇੰਨੇ ਜ਼ਿਆਦਾ ਨਹੀਂ ਆਉਂਦੇ ਸਨ, ਜ਼ਿਆਦਾ ਇੰਟਰਨੈਟ ਵੀ ਨਹੀਂ ਸੀ, 4G ਨਹੀਂ ਸੀ ਉਦੋਂ, ਤਾਂ ਪਹਿਲਾਂ ਦੀ ਗੱਲ ਹੈ ਇਹ। ਤਾਂ ਉਸ ਤੋਂ ਬਾਅਦ ਆਪਾਂ ਅੱਗੇ ਗੱਲਾਂ ਕਰਦੇ ਹਾਂ। ਹਾਂਜੀ, ਉਸ ਤੋਂ ਬਾਅਦ ਥਰਡ ਜੋ ਪੁਆਇੰਟ ਹੈ PKT। PKT ਦਾ ਮੀਨਸ ਹੈ ਪ੍ਰੀਵੀਅਸ ਨੌਲੇਜ ਟੈਸਟ, ਕਿ ਤੁਹਾਨੂੰ ਪ੍ਰੀਵੀਅਸ ਨੌਲੇਜ ਕਿੰਨੀ ਹੈ, ਮਤਲਬ ਤੁਸੀਂ ਪਹਿਲਾਂ ਸਟੱਡੀ ਵਿੱਚ ਕਿਸ ਤਰ੍ਹਾਂ ਦੇ ਹੋ, ਕਿ ਤੁਸੀਂ ਸਟੱਡੀ ਵਿੱਚ ਵਧੀਆ ਹੋ, ਤੁਹਾਡਾ ਮੈਥ ਜੋ ਇੰਗਲਿਸ਼ ਜੋ ਵੀ PSTET ਦੇ ਸਬਜੈਕਟ ਹਨ ਉਹ ਤੁਹਾਡੇ ਵਧੀਆ ਹਨ। ਅਗਰ ਨਹੀਂ ਹਨ ਤਾਂ ਪਹਿਲਾਂ ਤੁਸੀਂ ਉਹ ਆਪਣੇ ਵਧੀਆ ਕਰਨੇ ਹਨ। ਕਿਸੇ ਦਾ ਮੈਥ ਕਮਜ਼ੋਰ ਹੈ ਜਾਂ ਇੰਗਲਿਸ਼ ਕਮਜ਼ੋਰ ਹੈ ਉਹ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ, ਉਸ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਕਿਸ ਤਰ੍ਹਾਂ ਤੁਸੀਂ ਮੈਥ ਜਾਂ ਇੰਗਲਿਸ਼ ਦੀ ਤਿਆਰੀ ਕਰਨੀ ਹੈ। ਕਿਉਂਕਿ ਕਈ ਲੋਕ ਹਨ ਜੋ ਸਿਰਫ ਮੈਥ ਜਾਂ ਇੰਗਲਿਸ਼ ਦੇ ਕਾਰਨ ਹੀ PSTET ਕਲੀਅਰ ਨਹੀਂ ਕਰ ਪਏ ਹੋਣਗੇ, ਕਿਸੇ ਦਾ ਕੋਈ ਸਬਜੈਕਟ ਦੇ ਕਾਰਨ ਕਲੀਅਰ ਨਹੀਂ ਹੋਇਆ ਹੋਵੇਗਾ। ਤਾਂ ਇਹ ਵੀ ਤੁਹਾਨੂੰ ਦੱਸਿਆ ਜਾਵੇਗਾ ਕਿਸ ਤਰ੍ਹਾਂ ਤੁਸੀਂ ਤਿਆਰੀ ਕਰਨੀ ਉਸ ਸਬਜੈਕਟ ਦੀ, ਕਿਉਂਕਿ ਅਜੇ ਕਾਫੀ ਟਾਈਮ ਹੈ ਅਤੇ ਤੁਸੀਂ ਕੋਈ ਵੀ ਸਬਜੈਕਟ ਜੋ ਤੁਹਾਡਾ ਕਮਜ਼ੋਰ ਹੈ ਉਸਨੂੰ ਆਪਣਾ ਸਟਰੋਂਗ ਕਰ ਸਕਦੇ ਹੋ। ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਗੱਲ ਨਹੀਂ ਹੈ, ਬਸ ਕਮੈਂਟ ਕਰਕੇ ਤੁਸੀਂ ਜਾਂ ਇੰਸਟਾਗ੍ਰਾਮ ਪੰਜਾਬ ਜੋਬਸ ਓਨਲੀ 'ਤੇ ਵੀ ਕੋਈ ਵੀ ਹੈਲਪ ਲੈ ਸਕਦੇ ਹੋ। ਇਸ ਤੋਂ ਇਲਾਵਾ ਅੱਗੇ ਆਪਾਂ ਗੱਲ ਕਰਦੇ ਹਾਂ ਅਦਰ ਐਗਜ਼ਾਮਸ ਦੀ। ਤਾਂ ਕਈ ਇਸ ਤਰ੍ਹਾਂ ਦੇ ਐਗਜ਼ਾਮ ਹਨ, ਅਗਰ ਤੁਸੀਂ PSTET ਜਲਦੀ ਨਹੀਂ ਆ ਰਿਹਾ ਤਾਂ ਜਿਵੇਂ ਹੁਣ
ਪੰਜਾਬ ਦੀਆਂ ਪੋਸਟਿੰਗ ਸਾਰੀਆਂ ਨੇ 25,000 ਤਾਂ ਉਹਨਾਂ ਵਿੱਚ ਮੈਥ ਤੁਸੀਂ ਪੀ ਐੱਚ ਡੀ ਦਾ ਤਿਆਰ ਕਰ ਸਕਦੇ ਹੋ। ਕਈ ਟੋਪਿਕ ਜੋ ਸੇਮ ਹਨ ਉਸ ਤਰ੍ਹਾਂ ਤੁਸੀਂ ਨਾਲੇ ਤਾਂ ਤੁਹਾਨੂੰ ਐਗਜ਼ਾਮ ਦੇਣ ਦਾ ਪਤਾ ਲੱਗ ਜਾਵੇਗਾ, ਕਿਉਂਕਿ ਕਈ ਵਾਰ ਤੁਹਾਨੂੰ ਐਗਜ਼ਾਮ ਦੇਣ ਦਾ ਫਸਟ ਟਾਈਮ ਪਤਾ ਨਹੀਂ ਲੱਗਦਾ, ਟਾਈਮਿੰਗ ਦਾ ਪਤਾ, ਹੋਰ ਵੀ ਕਈ ਚੀਜ਼ਾਂ ਹਨ ਉਹ ਤੁਹਾਨੂੰ ਪਤਾ ਲੱਗ ਜਾਣਗੀਆਂ। ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜੋ ਅਦਰ ਐਗਜ਼ਾਮ ਤੋਂ ਆਪਾਂ ਸਿੱਖਦੇ ਹਾਂ। ਮੈਂ ਅਦਰ ਐਗਜ਼ਾਮ ਦੀ ਤਿਆਰੀ ਕੀਤੀ ਸੀ, ਪੀ ਐੱਚ ਡੀ ਦੀ ਕਦੇ ਤਿਆਰੀ ਨਹੀਂ ਕੀਤੀ, ਫਿਰ ਮੈਂ ਪੀ ਐੱਚ ਡੀ ਕਲੀਅਰ ਕਰ ਲਿਆ, ਕਿਉਂਕਿ ਬੈਂਕਿੰਗ ਦਾ ਐਗਜ਼ਾਮ ਦੇ ਦੇ ਕੇ ਮੇਰੀ ਇੰਗਲਿਸ਼ ਸਟਰੋਂਗ ਹੋ ਗਈ, ਐੱਸ ਐੱਸ ਸੀ ਦਾ ਐਗਜ਼ਾਮ ਦੇ ਕੇ ਮੈਥ ਸਟਰੋਂਗ ਹੋ ਗਿਆ, ਔਰ ਜੀ ਕੇ ਵੀ ਵਧੀਆ ਹੋ ਗਈ, ਜਿਸ ਨਾਲ ਮੇਰਾ ਪੀ ਐੱਚ ਡੀ ਫਸਟ ਅਟੈਂਪਟ ਵਿੱਚ ਹੀ ਕਲੀਅਰ ਹੋ ਗਿਆ। ਇਸ ਸੰਬੰਧੀ ਵੀ ਇੱਕ ਵੀਡੀਓ ਮੈਂ ਅਪਲੋਡ ਕਰਾਂਗਾ ਕਿ ਪੀ ਐੱਚ ਡੀ 'ਚ ਮੇਰੇ ਕਿੰਨੇ ਮਾਰਕਸ ਆਏ ਨੇ, ਉਹ ਵੀ ਤੁਹਾਨੂੰ ਦੱਸਾਂਗੇ ਜੀ। ਉਸ ਤੋਂ ਬਾਅਦ ਹੈ ਪ੍ਰੀਵੀਅਸ ਈਅਰ ਪੇਪਰ, ਤਾਂ ਪ੍ਰੀਵੀਅਸ ਈਅਰ ਪੇਪਰ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਕਿਸ ਤਰ੍ਹਾਂ ਦਾ ਲੈਵਲ ਆਉਂਦਾ ਹੈ ਐਗਜ਼ਾਮ ਦਾ, ਲੈਵਲ ਕੀ ਹੈ, ਕਿਸ ਤਰ੍ਹਾਂ ਦੇ ਕੁਸ਼ਚਨ ਪੁੱਛੇ ਜਾਂਦੇ ਹਨ, ਔਰ ਕੀ ਤੁਸੀਂ ਟਾਈਮਰ ਲਾ ਕੇ ਪ੍ਰੀਵੀਅਸ ਈਅਰ ਪੇਪਰ ਕਰੋ। ਇੱਕ ਵਾਰ ਤੁਸੀਂ ਤਿਆਰੀ ਕਰਨ ਤੋਂ ਪਹਿਲਾਂ ਦੇਖੋ ਕਿ ਤੁਹਾਨੂੰ ਕਿੰਨੇ ਕੁ ਕੁਸ਼ਚਨ ਆ ਰਹੇ ਹਨ, ਪ੍ਰੀਵੀਅਸ ਈਅਰ ਨੌਲੇਜ ਟੈਸਟ ਹੋ ਜਾਵੇਗਾ ਤੁਹਾਡਾ,